ਸ਼ਰਧਾ ਨਾਲ ਮਨਾਇਆ ਗਿਆ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੋਤੀ ਜੋਤ ਦਿਵਸ। ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੋਤੀ ਜੋਤ ਦਿਵਸ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸਵੇਰ ਤੋਂ ਹੀ ਹਜ਼ੂਰੀ ਰਾਗੀ ਜਥਿਆਂ ਨੇ ਇਲਾਹੀ ਬਾਣੀ ਰਾਹੀਂ ਹਾਜ਼ਰ ਸੰਗਤਾਂ ਨੂੰ ਗੁਰ ਇਤਿਹਾਸ ਦੇ ਰੂਬਰੂ ਕੀਤਾ। ਇਸ ਮੌਕੇ ਤੇ ਭਾਰੀ ਗਿਣਤੀ ਵਿੱਚ ਸੰਗਤਾਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈਆਂ, ਜਿਨ੍ਹਾਂ ਨੇ ਕਿ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਆਪਣਾ ਜੀਵਨ ਸਫਲਾ ਕੀਤਾ। ਮੇਰਾ ਨਾਮ ਅਜੀਤ ਸਿੰਘ, ਮੈਂ ਬੜਾ ਰਿਟਾਇਰਡ ਆਫਿਸਰ ਹਾਂ ਹਿਮਾਚਲ ਪ੍ਰਦੇਸ਼ ਫੋਰਸ ਡਿਪਾਰਟਮੈਂਟ ਦਾ। ਮੈਂ ਇਹਦੇ ਮਹਾਰਾਜ ਦੀ ਗੁਰੂ ਨਾਨਕ ਸਾਹਿਬ ਦੀ 6ਵੀਂ ਜੋਤ ਨੇ, ਇਹਨਾਂ ਨੇ ਆਪ ਜਿੱਥੇ ਇੱਥੇ ਜਦੋਂ ਗੱਦੀ ਮਿਲੀ ਆ, ਠੀਕ ਹੈ, ਜਦੋਂ ਗੁਰੂ 5ਵੇਂ ਗੁਰੂ ਜੋ ਹੈਗੇ ਨੇ ਅਰਜਨ ਦੇਵ ਜੀ, ਉਹਨਾਂ ਦੀ ਸ਼ਹੀਦੀ ਹੋਈ ਆ, ਉਸ ਤੋਂ ਬਾਅਦ ਇਹਨਾਂ ਨੇ ਜਦੋਂ ਗੱਦੀ ਮਿਲੀ ਔਰ ਇਹਨਾਂ ਨੇ 2 ਤਲਵਾਰਾਂ ਧਾਰੀਆਂ, ਠੀਕ ਆ, ਇੱਕ ਮੀਰੀ ਦੀ ਇੱਕ ਪੀਰੀ ਦੀ, ਠੀਕ ਆ, ਦੋ ਹੀ ਝੰਡੇ ਚੱਲ ਰਹੇ ਨੇ, ਇੱਕ ਭਗਤੀ ਦਾ ਇੱਕ ਸ਼ਕਤੀ ਦਾ, ਹਰਿਮੰਦਰ ਸਾਹਿਬ ਦੇ ਸਾਹਮਣੇ, ਅਕਾਲ ਤਖਤ ਦੇ ਸਾਹਮਣੇ, ਠੀਕ ਆ। ਇਹਨਾਂ ਨੇ 4 ਯੁੱਧ ਲੜੇ ਨੇ, ਲੇਕਿਨ ਉਹ ਯੁੱਧ ਨੇ ਜਿਹੜੇ ਆਪਣਾ ਕਿਸੇ ਮਜ਼ਹਬ ਦੇ ਜਾਂ ਦੂਸਰੇ ਕੋਈ ਪ੍ਰਾਪਰਟੀ ਲੈਣ ਦੇ ਨਹੀਂ ਹੈਗੇ, ਉਹਨੇ ਜਿਹੜਾ ਉਹਨਾਂ ਦੀ ਜਾਤੀ ਹੁੰਦੀ ਸੀ, ਮੁਸਲਮਾਨ ਜਿਹੜੇ ਜਾਤੀ ਕਰਦੇ ਸੀ ਹਿੰਦੂਆਂ ਦੇ ਉੱਤੇ, ਉਹਨਾਂ ਦੇ ਖਿਲਾਫ ਫਿਰ ਉਹਨਾਂ ਨੇ ਜਿਹੜੀ ਆ ਸਿੱਖ ਜਿਹੜੀ ਹਿੰਦੂ ਆਬਾਦੀ ਸੀ ਉਹਦੇ ਵਿੱਚ ਸਿੱਖੀ ਭਾਵਨਾ ਪੈਦਾ ਕੀਤੀ, ਆਪਣੇ ਸਵੈ ਮੁਸਲਮਾਨ ਮਾਨ ਨੂੰ ਤਿਆਰ ਕਰ, ਉਹਦੇ ਵਿੱਚ ਉਹਨਾਂ ਨੇ ਸਫਲ 4 ਯੁੱਧ ਲੜੇ, ਠੀਕ ਆ, ਔਰ ਸਾਰਿਆਂ ਦੇ ਵਿੱਚ ਮਤਲਬ ਉਹਨਾਂ ਨੇ ਆਪਣੇ ਕਾਮਯਾਬੀ ਰਹੇ, ਠੀਕ ਆ। ਔਰ ਫਿਰ ਉਹਨਾਂ ਨੇ ਅੱਜ ਜੋ ਉਹਨਾਂ ਜੋਤੀ ਜਵਾਨ ਗੁਰੂ ਹਰਿਰਾਜ ਜੀ ਨੂੰ ਆਪਣੇ ਪੁੱਤਰ ਨੂੰ ਗੱਦੀ ਦੇ ਕੇ ਅਤੇ ਅੱਜ ਦਿਨ ਉਹ ਜੋਤੀ ਜੋਤ ਸਮਾਗ। ਗਿਆਨੀ ਜਸਵੀਰ ਸਿੰਘ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਜੋਤੀ ਜੋਤ ਸਮਾਏ ਨੇ, ਬੜੀ ਮਹਾਨ ਸ਼ਖਸੀਅਤ ਜਿਨ੍ਹਾਂ ਨੇ ਮੀਰੀ ਪੀਰੀ ਦਾ ਉਪਦੇਸ਼ ਦਿੱਤਾ, ਇੱਕ ਮੀਰੀ ਅਤੇ ਇੱਕ ਪੀਰੀ ਦੀ ਇੱਕ ਰੱਖਿਆ ਕਰੇ ਵਜ਼ੀਰੀ ਦੀ, ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਉਹਨਾਂ ਵਰਗਾ ਯੋਧਾ ਨਾ ਕੋਈ ਹੋਇਆ ਅਤੇ ਨਾ ਕੋਈ ਹੋਣਾ। 5 ਪਿਆਲੇ 5 ਪੀਰ ਛਟਮ ਪੀਰ ਬੈਠਾ ਗੁਰ ਭਾਰੀ, ਗੁਰ ਅਰਜਨ ਕਾਇਆ ਪਲਟਕਾ ਮੂਰਤ ਹਰਗੋਬਿੰਦ ਸਵਾਰੀ। ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ, ਦੁਨੀਆ 'ਤੇ ਐਸੇ ਯੋਧੇ ਹੋਏ ਜਿਨ੍ਹਾਂ ਨੂੰ ਗਵਾਲੀਅਰ ਦੀ ਜੇਲ੍ਹ ਜਾਂ ਕੋਈ ਰਾਜਨੀਤਿਕ ਸ਼ਖਸੀਅਤ ਨਾ ਥੱਲੇ ਲਾ ਸਕੀ ਅਤੇ ਨਾ ਇਸ ਘਰ ਦੀ ਜਿਹੜੀ ਉਪਮਾ ਇਹ ਨਾ ਥੱਲੇ ਲੱਗਣੀ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਲੋੜ ਪਈ ਉੱਚੀ ਇਮਾਰਤ ਦੀ, ਜਦੋਂ ਇਸਲਾਮ ਨੇ ਦਾਅਵਾ ਕੀਤਾ ਕੋਈ ਉੱਚੀ ਇਮਾਰਤ ਨਹੀਂ ਬਣਾ ਸਕਦਾ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੰਗਤਾਂ ਨੂੰ ਆਖਿਆ ਚੰਗੇ ਤੋਂ ਚੰਗੇ ਘੋੜੇ ਲਿਆਓ, ਜਦੋਂ ਰਾਜਸੀ ਹਕੂਮਤਾਂ ਨੇ ਆਖਿਆ ਸੀ ਵੀ ਕੋਈ ਘੋੜੇ ਦੀ ਸਵਾਰੀ ਨਹੀਂ ਕਰ ਸਕਦਾ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੰਗਤਾਂ ਨੂੰ ਇਹ ਉਪਦੇਸ਼ ਦਿੱਤਾ। ਕੋਈ ਗੁਰੂ ਤੇਗ ਬਹਾਦਰ ਸਾਹਿਬ ਜੀ ਜੋ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਪੋਤਰੇ ਲੱਗਦੇ ਨੇ, ਉਹਨਾਂ ਵੀ ਇਹ ਆਖਿਆ ਵੀ ਭਹਿ ਕਾਹੂ ਕੋ ਦੇਤ ਨਹਿ ਭੈ ਮਾਨ ਤਾਨ ਕਹੁ ਨਾਨਕ ਸੁਨ ਰੇ ਮਨਾ ਗਿਆਨੀ ਤਾਹਿਬ ਖਾਂ। ਗੁਰੂ ਹਰਗੋਬਿੰਦ ਸਾਹਿਬ ਜੀ ਨੇ 6 ਜੰਗਾਂ ਲੜੀਆਂ ਨੇ, 4 ਜੰਗਾਂ ਲੜੀਆਂ ਨੇ ਅਤੇ 4 ਦੇ 4 ਜਿੱਤੀਆਂ ਨੇ। ਗੁਰੂ ਹਰਗੋਬਿੰਦ ਸਾਹਿਬ ਜੀ ਵਰਗਾ ਸੂਰਮਾ ਨਾ ਕੋਈ ਹੋਇਆ ਅਤੇ ਨਾ ਕੋਈ ਹੋਣਾ।